नवी नवी अपडेट्स ले साडा चैनल सब्सक्राइब करो ते अच्छा सुनो घंटी बजाना ना भूलियो ताकि थोड़े फोन दी भी घंटी बजे। ਅੱਜ ਅਸੀਂ ਰੌਣਕਾਂ ਲਾਉਣ ਲਈ ਪਹੁੰਚ ਗਏ ਵਾਈ ਐਸ ਪਬਲਿਕ ਸਕੂਲ ਹੰਡਿਆਇਆ ਜੋ ਕਿ ਪੈਂਦਾ ਡਿਸਟ੍ਰਿਕਟ ਬਰਨਾਲਾ ਦੇ ਵਿੱਚ। ਸੋ ਇਹ ਸਕੂਲ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਪੂਰੇ ਇੰਡੀਆ ਦੇ ਵਿੱਚੋਂ ਟੌਪ 50 ਦੇ ਵਿੱਚੋਂ ਇਹ ਸਕੂਲ ਆਉਂਦਾ ਸੀ। ਸੋ ਬੇਟੇ ਜ਼ੋਰਦਾਰ ਆਪਣੇ ਸਕੂਲ ਲਈ ਤਾੜੀਆਂ। ਸੋ ਇੱਥੋਂ ਦੀ ਇੱਕ ਗੱਲ ਹੋਰ ਦੱਸ ਦਈਏ ਜੀ, ਇਹ ਸਕੂਲ ਦੇ ਵਿੱਚ ਘੱਟੋ ਘੱਟ 4-5 ਹਜ਼ਾਰ ਬੱਚਾ ਪੜ੍ਹਦਾ ਹੈ ਜੀ। ਬੱਚੇ ਬੜੇ ਘੈਂਟ ਰਹੇ ਹੋ। ਸੋ ਗੱਲਬਾਤ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਗੱਲਬਾਤ ਕਿਹੜਾ ਕਰੂਗਾ? नाम है? मेरा नाम मनवीर है। मनवीर, थोड़ा जी? निमरत। निमरत, किड़ी क्लास पढ़ते हो? चौथ। कटरी बोल दे हो? अच्छा, बताओ की बनेगा? खेती कर लूं। मैं बताओ की बनेगा? खेती कर लूं। अच्छा, ते हुन कुछ करके दिखाएगा? बोली सुना दूं। बोली सुनाएगा? चल बोली सुन। हां जी, आज बच्चे आ जाओ। ए सुना दो बोली। बारी बच्ची कटन गया सी खटके ने आंदी चांदी। शीला शीला के चांदी। ओके ओके ओके। हां जी हां जी, तुसी की सुनाओगे? बारी बच्ची कटन गया सी खटके ले आंदी पेंसिल। बोली कैंसिल। ਬਾਰੀ ਬਾਸੀ ਖਟਨ ਗਲਾਸੀ ਖਟਕੇ बताऊं बारी बाटी खटन ग्लासी खटके ले उंदा बताऊं। हां बे मेरे साइकिल ते मैं टलियां बजाऊंदा जाऊं। बे मेरे साइकिल ते मैं टलियां बजाऊंदा जाऊं। क्या बात है, क्या बात है। हां जी हां जी, आपा और कोई? बस कोई गाना ओ तो। अच्छा, गाना सुनाओगे? गाना हैं? चलो कोई नहीं। थैंक यू बेटा, थैंक यू थैंक यू थैंक यू। बहुत बहुत गलत कर रही, थैंक यू। तो इस बच्चे आपा और बुलाउने जी। तो हां जी, आ जाओ आ जाओ आ जाओ आ जाओ। मतलब गाना हुण इह गाउणगे? तुसीं एक्टिंग करोगे? चलो जी, एक कुड़ी गाना गाऊ ते एक कुड़ी एक्टिंग करूगी। आलो जी माइक। नंबर जटा चल मेरा ले जा लंघ जाने अख मेरे वाले करके गल जटी ना तेरी बनी पई है वेखता सही तू जटा गल करके गल जटी ना तेरी बनी पई है लाला जोर तेनू अपना बनाना मैं कार च बैठा के तेनू गेड़ा लाना मैं
ਕੁੜੀਆਂ ਨਾ ਬੈਠ ਆਈ ਗੱਲ ਕਰਕੇ ਗੱਲ ਤਾਂ ਜੱਟੀ ਨਾ ਤੇਰੀ ਬਣੀ ਪਈ ਹੈ ਵੇਖ ਤਾਂ ਸਹੀ ਤੂੰ ਜੱਟਾ ਗੱਲ ਕਰਕੇ ਗੱਲ ਤਾਂ ਜੱਟੀ ਨਾ ਤੇਰੀ ਬਣੀ ਪਈ ਹੈ ਵੇਖ ਤਾਂ ਸਹੀ ਤੂੰ ਜੱਟਾ ਗੱਲ ਕਰਕੇ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਇਸ ਤੋਂ ਬਾਅਦ ਬੁਲਾਉਣੇ ਆਪਾਂ ਜੀ ਆ ਜਾਓ ਆ ਜਾਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਕੈਵਿਨ ਹੈ ਕੈਵਿਨ ਕੈਵਿਨ ਅੱਛਾ ਕਿਹੜੀ ਕਲਾਸ 'ਚ ਪੜ੍ਹਦੇ ਹੋ 6th A ਚਲੋ ਮੈਂ ਇੱਕ ਸਵਾਲ ਪਾਵਾਂ ਤੁਹਾਨੂੰ ਯੈਸ ਇੱਕ ਦਰਖਤ ਤੇ ਆਲੂ ਹੈ ਦਰਖਤ ਥੱਲੇ ਤਿੰਨ ਬੰਦੇ ਬੈਠੇ ਨੇ ਇੱਕ ਅੰਨਾ ਇੱਕ ਲਾਂਗੜਾ ਇੱਕ ਗੂੰਗਾ ਹੁਣ ਜਦੋਂ ਆਲੂ ਨੀਚੇ ਗਿਰੂਗਾ ਤਾਂ ਸਭ ਤੋਂ ਪਹਿਲਾਂ ਕਿਹੜਾ ਚੱਕੂ ਭੱਜ ਕੇ ਇੱਕ ਅੰਨਾ ਇੱਕ ਲਾਂਗੜਾ ਇੱਕ ਗੂੰਗਾ ਗੂੰਗਾ ਕਿਉਂ ਗੂੰਗਾ ਕਿਉਂ ਗੂੰਗਾ ਨੂੰ ਦੇਖਦਾ ਉਹ ਕਿਹੜਾ ਲਾਂਗੜਾ ਤੇ ਅੰਨਾ ਉਹ ਕੀ ਚੱਕ ਲੂ ਜਾ ਕੇ ਹੂੰ ਉਹ ਜਾ ਕੇ ਕੀ ਚੱਕ ਲੂ ਫਿਰ ਆਲੂ ਆਲੂ ਬੇਟੇ ਆਲੂ ਤਾਂ ਦਰਖਤ ਹੁੰਦਾ ਹੀ ਨਹੀਂ ਹੁੰਦਾ ਨਹੀਂ ਹਾਂ ਪੱਜ ਗਿਆ ਆਲੂ ਦਾ ਦਰਖਤ ਹੀ ਨਹੀਂ ਹੁੰਦਾ ਫਿਰ ਤੂੰ ਐਂ ਕਹਤੋ ਕਹਿ ਕੇ ਗੂੰਗਾ ਚੱਕ ਲੂ ਫਿਰ ਹੁੰਦਾ ਨਹੀਂ ਹੈ ਅੰਬ ਦਾ ਹੁੰਦਾ ਕੀ ਦਰਖਤ ਨਹੀਂ ਮੈਂ ਆਲੂ ਦੀ ਗੱਲ ਕਰ ਰਿਹਾ ਹਾਂ ਹੁੰਦਾ ਨਹੀਂ ਨਾ ਤੂੰ ਕਹਤੋ ਕਹਦਾ ਗੂੰਗਾ ਚੱਕ ਲੂ ਬੋਲਿਆ ਗਿਆ ਹਾਂ ਓਕੇ ਥੈਂਕ ਯੂ ਬੇਟਾ ਥੈਂਕ ਯੂ ਥੈਂਕ ਯੂ ਇਸ ਤੋਂ ਬਾਅਦ ਬੱਚੇ ਆਪਾਂ ਹਾਂਜੀ ਆਜੋ 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 ਕਿਆ ਬਾਤ ਹੈ ਹੈਲੋ ਜੀ ਮਾਈਕ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਜੀ ਮੇਰਾ ਮਾਨਸੀ ਮਾਨਸੀ ਅੱਛਾ ਤੇ ਤੁਹਾਡੇ ਵਾਲ ਬੜੇ ਸੋਹਣੇ ਕਟਿੰਗ ਕਰਾਏ ਨੇ ਹਾਂ ਜੀ ਬਸ ਮੈਨੂੰ ਸ਼ਾਰਟ ਵਾਲ ਦਾ ਸ਼ੌਂਕ ਹੈ ਸ਼ਾਰਟ ਵਾਲਾ ਸ਼ੌਂਕ ਹੈ ਇੱਕ ਮੰਮੀ ਕਰਵਾ ਕੇ ਲਿਆ ਸੀ ਕਿ ਡੈਡੀ ਇਹ ਮੇਰੇ ਪਾਪਾ ਨੇ ਕੀਤਾ ਪਾਪਾ ਨੇ ਕੀ ਬਾਤ ਹੈ ਤੇ ਇੱਥੇ ਕਿਹੜੀ ਕਲਾਸ 'ਚ ਪੜ੍ਹਦੇ ਹੋ ਮੈਂ ਪਲੱਸ 1 ਪਲੱਸ 1 ਐਡੇ ਕ ਆ ਦੇਖੋ ਜੀ ਐਡੇ ਕ ਹੈ ਜੀ ਮੇਰੀ ਹਾਈਟ ਹੀ ਨਹੀਂ ਆ ਹਾਈਟ ਹੀ ਨਹੀਂ ਆ ਅੱਛਾ ਤੇ ਕੀ ਸੁਣਾਓਗੇ ਸਾਨੂੰ ਮੈਂ ਗਿਟਾਰ ਵਜਾਉਣ ਦਾ ਸ਼ੌਂਕ ਹੈ ਗਿਟਾਰ ਵਜਾਉਣ ਦਾ ਸ਼ੌਂਕ ਹੈ ਸੋ ਸਾਨੂੰ ਇੰਸਟਰੂਮੈਂਟ ਪਲੇ ਕਰਨ ਵਾਲੇ ਬੱਚੇ ਵੀ ਇੱਥੇ ਮਿਲ ਰਹੇ ਨੇ ਜੀ ਸੋ ਬੇਟੇ ਗਿਟਾਰ ਲਿਆਓ ਹਾਂਜੀ One is a little love in the dark A little bit of hope in my kickstart Me and my broken heart A little love tonight I'll make sure I'm not falling apart I need a little love tonight A little love in the dark Thank you, beta, thank you. ਪਤਾ ਤਾਂ ਲੱਗ ਰਿਹਾ ਮੈਨੂੰ ਕੀ ਕਹਿਆ ਪਰ ਸੋਹਣਾ ਹੀ ਕਹਿਆ ਜਿਹੜੇ ਸਾਹਿਬ ਨਾਲ ਗਿਟਾਰ ਵੱਜ ਰਹੀ ਸੀ ਇੰਗਲਿਸ਼ ਜੀ ਤਾਂ ਹੀ ਨਹੀਂ ਸਮਝ ਆਇਆ ਸਾਨੂੰ ਓਕੇ ਬੇਟਾ ਥੈਂਕ ਯੂ ਸੋ ਇਸ ਬੱਚੇ ਨੂੰ ਮਿਲਦਾ ਜੀ ਪਿਓਰ ਉਡਸੋ ਵੱਲੋਂ ਇੱਕ ਪਿਆਰਾ ਜਿਹਾ ਗਿਫਟ ਕਿਉਂਕਿ ਅੰਗਰੇਜ਼ੀ 'ਚ ਗਾਣਾ ਸੁਣਾਇਆ ਤੂੰ ਮਾੜੀ ਮੋਟੀ ਗੱਲ ਥੋੜ੍ਹੀ ਹੈ ਥੈਂਕ ਯੂ ਬੇਟਾ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਇਸ ਤੋਂ ਬਾਅਦ ਕਿਹੜਾ ਬੱਚਾ ਆਊਗਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਹੜੀ ਕਲਾਸ 'ਚ ਪੜ੍ਹਦੇ ਹੋ ਮੈਂ ਪਲੱਸ 1 ਪਲੱਸ 1 ਕਿਹੜੀ ਸਟ੍ਰੀਮ 'ਚ ਮੈਡੀਕਲ ਮੈਡੀਕਲ ਡਾਕਟਰ ਬਣਨਾ ਹੈ ਹਾਂ ਅੱਛਾ ਕਿ ਕਾਹਦਾ ਸਪੈਸ਼ਲ ਡਾਕਟਰ ਕਾਹਦਾ ਸਰਜਨ ਦਾ ਹੈ ਜੀ ਸਰਜਨ ਸਰਜਰੀ ਕਰੋਗੇ ਹਾਂ ਜੇ ਮੈਂ ਕਰਾਉਣੀ ਹੋਵੇ ਮੈਂ ਥੋੜਾ ਸਿਰ ਮਾਰ ਦੇਣਾ ਮੈਂ ਥੋੜਾ ਸਰਜਰੀ ਕਰ ਦੇਣੀ ਹੈ ਤੁਹਾਡੀ ਕਰ ਦੋਗੇ ਅੱਛਾ ਕਿੰਨੇ ਕੁ ਪੈਸੇ ਲਾਓਗੇ ਜਿੰਨੇ ਤੁਸੀਂ ਮੈਂ ਲੈਂਦੀ ਨਹੀਂ ਤੁਹਾਡੇ ਨਾਲ ਕੀ ਬਾਤ ਹੈ ਸਾਨੂੰ ਫ੍ਰੀ 'ਚ ਡਾਕਟਰ ਮਿਲ ਗਏ ਸਰਜਰੀ ਕਰਾਉਣ ਸਾਡੇ ਨਾਲ ਜ਼ਰੂਰ ਸੰਪਰਕ ਕਰਿਓ ਜੀ YS ਸਕੂਲ ਦੇ ਵਿੱਚ ਸਾਨੂੰ ਬੱਚੇ ਬੜੇ ਪਿਆਰੇ ਮਿਲ ਰਹੇ ਨੇ ਹਾਂਜੀ ਬੇਟੇ ਕੀ ਸੁਣਾਓਗੇ ਮੈਂ ਸੌਂਗ ਸੁਣਾਣਾ ਕਿਹੜਾ ਜੀ ਨਿੰਜਾ ਦਾ ਹਾਂਜੀ ਖੜੋ ਮਾਈਕ ਹਾਂਜੀ ਤੂੰ ਵਾਅਦਾ ਕੀਤਾ ਸੀ ਕਿ ਜਿੰਦ ਤੇਰੀ ਖੁਸ਼ੀਆਂ ਨਾਲ ਪਰ ਤੂੰ ਆਖਦਾ ਹੁੰਦਾ ਸੀ ਕਿ ਚੰਨ ਤੇਰੇ ਪੈਰਾਂ ਵਿੱਚ ਤਰ ਦੂੰ ਨਾ ਤੂੰ ਵਾਅਦਾ ਪੂਰਾ ਕੀਤਾ ਨਾ ਤੂੰ ਚੰਨ ਹੀ ਲੈ ਆਇਆ ਵੇ ਮੇਰੇ ਕਮਲੇ ਦਿਲ ਨੂੰ ਕਿਉਂ ਐਵੇਂ ਦੁੱਖਾਂ ਵਿੱਚ ਪਾਇਆ ਕਿ ਦੱਸ ਮਜਬੂਰੀ ਪੈ ਗਈ ਆ ਦਿਲ ਮੇਰਾ ਵੀ ਕਰਦਾ ਛੱਡਦਾ ਪਰ ਤੇਰੀ ਆਦਤ ਪੈ ਗਈ ਆ ਦਿਲ ਮੇਰਾ ਵੀ ਕਰਦਾ ਛੱਡਦਾ ਪਰ ਤੇਰੀ ਆਦਤ ਪੈ ਗਈ ਆ ਥੈਂਕ ਯੂ ਥੈਂਕ ਯੂ ਬੇਟਾ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਜ਼ੋਰਦਾਰ ਤਾੜੀ ਇਸ ਤੋਂ ਬਾਅਦ ਕਿਆ ਬਾਤ ਹੈ ਜੀ ਇਸ ਬੱਚੇ ਸਾਨੂੰ ਬਹੁਤ ਡਿਮਾਂਡ ਆ ਰਹੀ ਸੀ ਕਹਿੰਦੇ ਇਸ ਬੱਚੇ ਨਾਲ ਗੱਲਬਾਤ ਕਰੋ ਜੀ ਕਹਿੰਦੇ ਸਾਡੇ ਸਕੂਲ ਦਾ ਸਭ ਤੋਂ ਘੈਂਟ ਜਵਾਕ ਹੈ ਹੈ ਨਾ ਹਾਂਜੀ ਆਪੇ ਮੰਨੀ ਜਾਂਦਾ ਵੀਰੇ ਕੀ ਨਾਮ ਹੈ ਈਸ਼ ਅੱਛਾ ਕਿਹੜੀ ਕਲਾਸ 'ਚ ਪੜ੍ਹਦੇ ਹੋ 9th 9th 'ਚ ਅਤੇ ਕੀ ਕਰਕੇ ਦਿਖਾਏਗਾ ਮਮਿਕਰੀ ਕਰੂਗਾ ਜੀ ਕਾਹਦੀ ਮੋਦਰੀ ਵੋਟਾਂ ਦਾ ਟਾਈਮ ਹੈ ਤੂੰ ਨਾ ਕਟਾ ਦੀ ਕਿਸ ਤੋਂ ਚੱਲ ਇਹ ਤਾਂ ਇੰਟਰਟੇਨਮੈਂਟ ਹੈ ਜੀ ਚੱਲਦਾ ਸਭ ਕੁਝ ਹਾਂਜੀ ਆ ਫੜੋ ਮਾਈਕ ਹਾਂਜੀ ਮਮਿਕਰੀ ਮੇਰੇ ਪਿਆਰੇ ਭਾਈ ਔਰ ਭੈਣਾਂ ਮੈਨੇ ਰਾਹੁਲ ਜੀ ਕੋ ਕਹਾ ਕਿ
कि जीएसटी से आपको क्या प्रॉब्लम है। तो उन्होंने कहा कि आप तो सरकार को लूटना चाहते हो। तो मैंने कहा कि अगर नोटबंदी हुई तो ब्लैक मनी भी तो देश से बाहर निकली है। तो राहुल जी ने उल्टा जवाब दिया कि ब्लैक तो आप हो। धन्यवाद। थैंक यू। तो इस बच्चे लिए प्योर उस वालों प्यार है कि बेटा जरूर मिलूगा ही, क्योंकि साढ़े प्योर उस सरनाल जुड़े हुए ने। सो बच्चों का बड़ा ख्याल रखते हैं, जो टैलेंटेड बच्चे ने गए उन्होंने अभी कुछ ना कुछ दईए। आ लो जी, थैंक यू बेटा, थैंक यू। हाँ जी, आ जाओ। हाँ जी बेटा, सत श्रीकाल। गुड मॉर्निंग जी। हाउ आर यू? आई एम वेरी वेरी कृपा। आहा बड़े लड़के ने। ए तो बस आई हां। चलो बस आई है। चलो बढ़िया गल है। गिन लो। हां जी गिन लो। हां जी गिन लो। नहीं खास नहीं गिने जाने भाई, ये तो चल कोई नहीं, छोड़ो। किस क्लास पढ़ते हो? गाना है। अच्छा, मैं क्लास पूछ ही ना। मैं प्लस 1 आर्ट्स ए। प्लस 1 आर्ट्स ए। हां जी। अच्छा, कितों आने हो? मैं मंडी किला। हां, थोड़ी दूरी रामपुरे तो। सूरज तत्ता ते चन दागी तारे पत्थर ने कोई मुल नहीं सी था था रुड़ दे फिर देसी लोहा पार ला दिता एक चंदन दी लकड़ ने बात लिखिया नाले वेखा नाले चुम्मा मैं मेरी सुरत भुलाती तेरे ना दे अखर ने मेरी सुरत भुलाती तेरे ना दे अखर ने इथे कोई ना मिलदा आपे रब मिलाउंदा ए मिलना विछड़ना ए सब किस्मत दे चक्कर ने जेने इस जहानों एक दूजे तो विछड़ गए जहाने मुड़ियो जाके टक्कर ने नी मैं तेरे नालों टुट के इंज सुख सड़ जाना टुट दे टाणी नालों जिवें सोनिए पत्तर ने टुट दे टाणी नालों जिवें सोनिए पत्तर ने। थैंक यू बेटा। सुनो जी, गल्लां बातां सिलसिला इस तरह जारी रहूगा, पर मिलते हैं एक छोटी जी। सुनो जी, ब्रेक तो बाद फिर तो हाजिर हो चुके हैं वाई एस पब्लिक स्कूल बरनाला। सो गल्लां बातां करदे आं। हाँ जी, सुनो जी, गल्लां बातां बहुत चल रही नेगियां, पर आपां छोटी एक गेम कराउणे आ। साडे गेम वाले बच्चे आए हुए ने, अज दिखाउणे तुहानूं। ये आ देखो जी, ये साडे गेम वाले बच्चे ने जी। सो ये गेम इहनां दी इह होऊगी कि इहनां कोल गुब्बारे पए ने, पंज कुड़ियां ने, पंज मुंडे ने। सो जिहड़ी टीम वध गुब्बारे फैलाऊगी वह टीम विनर होगी। होगी जी विनर हो? हाँ जी, विनर होगी। सो ये सेंटर से रखा आप प्योर रूट्स का प्यारा है गिफ्ट। सो जो जितूगा वो ले जूगा। तो इस गेम लिए थोड़ा एक मिनट का टाइम मिलेगा, ठीक है जी? एक मिनट का टाइम मिलेगा। ओके, रेडी 1 2 3 ना स्टार्ट। गेम खत्म होगी साड़ी जी। सो गुड़िया थोड़े गुब्बारे किन्ने ने गिण के दसो? 14 जी, इन्हों के 14 ने जी। हाँ जी, अपने किन्ने ने? कट ने। किन्ने किन्ने? 12-13 ने। किन्ने ने? 15 ने। किन्ने ने? 20 हो गए। ਉਹੀ ਚੜੀ ਜਾਂਦੇ ਨੇ। ਸੋ ਲਓ ਜੀ, ਇਸ ਗੇਮ ਦੇ ਵਿਨਰ ਨੇ ਜਿਹੜੀਆਂ ਉਹ ਸਾਡੇ ਕੁੜੀਆਂ ਨੇਗੀਆਂ। ਸੋ ਬੇਟਾ ਥੈਂਕ ਯੂ ਜ਼ੋਰਦਾਰ, ਤਾੜੀਆਂ ਨਾਲ ਬੱਚਿਆਂ ਨੇ। ਥੈਂਕ ਯੂ। ਕੀ ਨਾਮ ਹੈ? ਅਨਮੋਲਪ੍ਰੀਤ ਸਿੰਘ ਜੀ। ਅਨਮੋਲਪ੍ਰੀਤ ਸਿੰਘ, ਕਿਹੜੀ ਕਲਾਸ 'ਚ ਪੜ੍ਹਦੇ ਹੋ? ਮੈਂ ਪਲੱਸ 1 ਆਰਟਸ ਜੀ। ਪਲੱਸ 1 ਆਰਟਸ 'ਚ? ਅੱਛਾ, ਆਰਟਸ 'ਚ ਪੜ੍ਹਦੇ ਹੋ। ਵੱਡੇ ਹੋ ਕੇ ਕੀ ਬਣਨਾ? ਵੱਡੇ ਹੋ ਕੇ ਜੀ ਸਾਈਕੈਟ੍ਰਿਸਟ। ਹੈਂ? ਸਾਈਕੈਟ੍ਰਿਸਟ ਜੀ, ਸਾਈਕੋਲੋਜਿਸਟ ਜਾਂ ਸਾਈਕੈਟ੍ਰਿਸਟ। ਅੱਛਾ ਜਾ, ਪੱਕਾ ਨਹੀਂ ਪਤਾ ਜੀ? ਹਾਂ ਜੀ, ਇਹ ਦੋਨੇ ਸੇਮ ਫੀਲਡ ਹੀ ਨੇ। ਅੱਛਾ, ਦੋ ਸੇਮ ਫੀਲਡ ਨੇ। ਅੱਛਾ, ਤੇ ਕੋਈ ਗੇਮ ਕਰਦਾ?
ਹੈ ਜੀ ਗੇਮ ਕਰਦਾ ਹੁੰਦਾ ਹਾਂ ਜੀ ਮੈਂ ਸਟੇਟ ਬੈਡਮਿੰਟਨ ਗਿਆ ਜੀ ਬੈਡਮਿੰਟਨ ਗਿਆ ਸੀ ਵੈਰੀ ਗੁੱਡ ਅੱਛਾ ਕੀ ਸੁਣਾਏਗਾ ਹੁਣ ਸੌਂਗ ਸੁਣਾ ਦਾਂਗੇ ਕਿਹੜਾ ਚੇਤਾ ਤੇਰਾ ਜੀ ਰੋਂਦੀ ਐ ਅੱਖ ਮਰ ਜਾਣੀ ਪਾਉਂਦੀ ਐ ਬਾਤਾਂ ਨੂੰ ਆਉਂਦਾ ਏ ਚੇਤਾ ਤੇਰਾ ਜਾਗਾਂ ਮੈਂ ਰਾਤਾਂ ਨੂੰ ਰੋਂਦੀ ਐ ਅੱਖ ਮਰ ਜਾਣੀ ਪਾਉਂਦੀ ਐ ਬਾਤਾਂ ਨੂੰ ਆਉਂਦਾ ਏ ਚੇਤਾ ਤੇਰਾ ਜਾਗਾਂ ਮੈਂ ਰਾਤਾਂ ਨੂੰ ਯਾਦਾਂ ਮੈਨੂੰ ਘੇਰ ਲੈਣ ਸੌਂ ਜਾਣ ਜਦ ਸਾਰੇ ਨੀ ਇਕੱਲਾ ਹੀ ਗਿਣਦਾ ਰਹਿਣਾ ਕੋਠੇ ਤੇ ਤਾਰੇ ਨੀ ਯਾਦਾਂ ਮੈਨੂੰ ਘੇਰ ਲੈਣ ਸੌਂ ਜਾਣ ਜਦ ਸਾਰੇ ਨੀ ਇਕੱਲਾ ਹੀ ਗਿਣਦਾ ਰਹਿਣਾ ਰਾਤ ਨੂੰ ਤਾਰੇ ਜੀ ਹੁਣ ਨੀ ਕੋਈ ਕਰਦਾ ਰੋਸ਼ਨ ਮਾਧਮ ਹਾਲਾਤਾਂ ਨੂੰ ਆਉਂਦਾ ਏ ਚੇਤਾ ਤੇਰਾ ਜਾਗਾਂ ਮੈਂ ਰਾਤਾਂ ਨੂੰ ਰੋਂਦੀ ਐ ਅੱਖ ਮਰ ਜਾਣੀ ਪਾਉਂਦੀ ਐ ਬਾਤਾਂ ਨੂੰ ਹਾਂਜੀ ਆ ਜਾਓ ਰੈਂਬੋਕ ਇਹ ਰੈਂਬੋਕ ਕਰ ਰਹੀ ਕੁੜੀਆਂ ਨੇ ਸਤਿ ਸ਼੍ਰੀ ਅਕਾਲ ਹੈਲੋ ਹੈਲੋ ਤੁਸੀਂ ਕੋਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਥੋੜ੍ਹਾ ਸਤਿ ਸ਼੍ਰੀ ਅਕਾਲ ਜੈ ਓਹੋ ਕੀ ਹੋ ਗਿਆ ਕੁਛ ਨਹੀਂ ਬੇਟੇ ਕੀ ਨਾਮ ਹੈ ਜਸ਼ਨ ਜਸ਼ਨ ਕੀ ਕਰਕੇ ਦਿਖਾਓਗੇ ਰੈਂਬੋਕ ਰੈਂਬੋਕ ਢੋਲ ਤੇ ਓਕੇ ਰੈਡੀ 1 2 3 4 ਹਾਂਜੀ ਹਾਂਜੀ ਆ ਜਾਓ ਬੈਸ ਓਕੇ ਜੀ ਥੈਂਕ ਯੂ ਜੀ ਥੈਂਕ ਯੂ ਹਾਂਜੀ ਆ ਕੁਛ ਕਹਿਣਾ ਜੀ ਹਾਂਜੀ ਮੈਂ ਆਪਣੀ ਮਦਰ ਐਂਡ ਫਾਦਰ ਨੂੰ ਥੈਂਕ ਯੂ ਕਹਿਣੀ ਫੋਰ ਮਾਈ ਸਟੱਡੀ ਥੈਂਕ ਯੂ ਬੇਟਾ ਥੈਂਕ ਯੂ ਸੋ ਸਾਰਿਆਂ ਦੇ ਪੇਰੈਂਟਸ ਨੂੰ ਸੋ ਉਹਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਪਣੇ ਬੱਚਿਆਂ ਨੂੰ ਮਤਲਬ ਇਹੋ ਜਿਹੇ ਵਧੀਆ ਸਕੂਲਾਂ 'ਚ ਪੜ੍ਹਾ ਰਹੇ ਨੇਗੇ ਸੋ ਇਸ ਤੋਂ ਬਾਅਦ ਆਪਾਂ ਮੇਰਾ ਨਾਮ ਨਵਜੋਤ ਕੌਰ ਆ ਹਾਂਜੀ ਬੇਟੀ ਜਦੋਂ ਲਾਈਟ ਆਉਂਦੀ ਘਰੇ ਸਭ ਤੋਂ ਪਹਿਲਾਂ ਕੀ ਚੱਲਦਾ ਲਾਈਟ ਐਂਡ ਟੀਵੀ ਹੈ ਲਾਈਟ ਅਤੇ ਟੀਵੀ ਟੀਵੀ ਚੱਲਦਾ ਹਾਂਜੀ ਓਕੇ ਅਤੇ ਸਭ ਤੋਂ ਪਹਿਲਾਂ ਟੀਵੀ ਚੱਲਦਾ ਮਤਲਬ ਟੀਵੀ ਤੁਹਾਡਾ ਆਉਣ ਹੀ ਪਿਆ ਰਹਿੰਦਾ ਨਹੀਂ ਜਦੋਂ ਮੈਂ ਟੀਵੀ ਦੇ ਸਾਹਮਣੇ ਬੈਠੇ ਹੁੰਦੇ ਤਾਂ ਟੀਵੀ ਚੱਲੂਗਾ ਨਾ ਕਿਉਂਕਿ ਮੈਂ ਟੀਵੀ ਉਹ ਜੇ ਟੀਵੀ ਆਨ ਹੋਊਗਾ ਪਹਿਲਾਂ ਤਾਂ ਹੀ ਚੱਲੂਗਾ ਹਾਂਜੀ ਨਹੀਂ ਆਨ ਹੀ ਹੁੰਦਾ ਸਵਿਚ ਆਨ ਹੁੰਦਾ ਨਹੀਂ ਨਹੀਂ ਸਵਿਚ ਆਨ ਤਾਂ ਹੁੰਦਾ ਜਦੋਂ ਲਾਈਟ ਚਲੀ ਜਾਂਦੀ ਹੈ ਹਾਂਜੀ ਉਸ ਤੋਂ ਬਾਅਦ ਬੰਦ ਉਹ ਚਲਾਉਣਾ ਪੈਂਦਾ ਨਾ ਹਾਂਜੀ ਮਤਲਬ ਸਭ ਤੋਂ ਪਹਿਲਾਂ ਤੁਸੀਂ ਟੀਵੀ ਆਨ ਕਰਦੇ ਹੁੰਦੇ ਹੋ ਨਹੀਂ ਆਟੋਮੈਟਿਕ ਕਿਹੜੀ ਚੀਜ਼ ਹੈ ਜਿਹੜੀ ਚੱਲਦੀ ਹੈ ਸਭ ਤੋਂ ਪਹਿਲਾਂ ਤਾਂ ਲਾਈਟ ਆਨ ਕਰਦੇ ਲਾਈਟ ਚੱਲਦੀ ਹੈ ਜਾਂ ਇਨਵਰਟਰ ਚੱਲਦਾ ਬਿਕਾਜ਼ ਨਹੀਂ ਇੱਕ ਚੀਜ਼ ਦੱਸੋ ਐਂ ਤੁਸੀਂ ਸਾਰਾ ਕੁਝ ਕਿੰਨਾ ਦੋਗੇ ਇੱਕ ਚੀਜ਼ ਦੱਸੋ ਤਾਂ ਫਿਰ ਮੈਂ ਸਭ ਤੋਂ ਜ਼ਿਆਦਾ ਜੇ ਆਪਾਂ ਸਾਇੰਟੀਫਿਕ ਤੌਰ 'ਤੇ ਦੇਖੀਏ ਸਾਇੰਟੀਫਿਕ ਤੌਰ 'ਤੇ ਦੇਖੋ ਤਾਂ ਫਿਰ ਸਭ ਤੋਂ ਪਹਿਲਾਂ ਇਨਵਰਟਰ ਦੇ ਵਿੱਚ ਹੀ ਲਾਈਟ ਆਉਂਦੀ ਹੈ ਤਾਂ ਇਨਵਰਟਰ ਪਹਿਲਾਂ ਪਾਵਰ ਆਨ ਕਰਦੇ ਆ ਬੇਟੇ ਮੈਨੂੰ ਐਂ ਲੱਗਦਾ ਸਭ ਤੋਂ ਪਹਿਲਾਂ ਮੀਟਰ ਚੱਲਦਾ ਹੁੰਦਾ ਕਨਵਰਟਰ ਚੱਲੂ ਕੁਛ ਵੀ ਸਮਝ ਨਹੀਂ ਆ ਕੁਛ ਵੀ ਕਿਉਂ ਇਨਵਰਟਰ ਇੱਕ ਅਲੱਗ ਚੀਜ਼ ਹੈ ਮੀਟਰ ਅਲੱਗ ਹੈ ਦੱਸੋ ਬੇਟੇ ਦੱਸੋ ਮੀਟਰ ਕੀ ਚੱਲੂਗਾ ਮੀਟਰ ਹਾਂਜੀ ਚਲੋ ਜੀ ਕਾਮਨ ਸੈਂਸ ਦੇ ਸਵਾਲ ਬੱਚੇ ਨੂੰ ਪੁੱਛ ਰਿਹਾ ਸੀ ਚਲੋ ਕੋਈ ਨਹੀਂ ਹਾਂਜੀ ਕੀ ਸੁਣਾਓਗੇ ਮੈਂ ਗਾਣਾ ਸੁਣਾਉਂਗੀ ਅੱਜ ਐਸੇ ਲਹਿਰਾ ਕੇ ਤੂੰ ਐਸੇ ਲਹਿਰਾ ਕੇ ਤੂੰ ਰੂਬਰੂ ਆ ਗਈ ਐਸੇ ਲਹਿਰਾ ਕੇ ਤੂੰ ਰੂਬਰੂ ਆ ਗਈ ਧੜਕਨੇ ਬੇਤਹਾਸ਼ਾ ਧੜਕਨੇ ਲਗੀ ਧੜਕਨੇ ਬੇਤਹਾਸ਼ਾ ਧੜਕਨੇ ਲਗੀ ਤੀਰ ਐਸਾ ਲਗਾ ਦਰਦ ਐਸਾ ਜਗਾ ਤੀਰ ਐਸਾ ਲਗਾ ਦਰਦ ਐਸਾ ਜਗਾ ਆਕੇ ਤੂੰ ਮੁਸਕੁਰਾਈ ਮਜ਼ਾ ਆ ਗਿਆ ਮੇਰੇ ਰਸ਼ ਕੇ ਕਮਰ ਲਾ 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 ਮੇਰੇ ਰਸ਼ ਕੇ ਕਮਰ ਤੇਰੀ ਪਹਿਲੀ ਨਜ਼ਰ ਜਬ ਨਜ਼ਰ ਸੇ ਮਿਲਾਈ ਮਜ਼ਾ ਆ ਗਿਆ ਜੋਸ਼ ਹੀ ਜੋਸ਼ ਮੇ ਮੇਰੇ ਆਗੋਸ਼ ਮੇ ਆਕੇ ਤੂੰ ਮੁਸਕੁਰਾਈ ਮਜ਼ਾ ਆ ਗਿਆ ਮੇਰੇ ਰਸ਼ ਕੇ ਕਮਰ ਤੇਰੀ ਪਹਿਲੀ ਨਜ਼ਰ ਜਬ ਨਜ਼ਰ ਸੇ ਮਿਲਾਈ ਮਜ਼ਾ ਆ ਗਿਆ ਜਬ ਨਜ਼ਰ ਸੇ ਮਿਲਾਈ ਮਜ਼ਾ ਆ ਗਿਆ ਥੈਂਕ ਯੂ ਥੈਂਕ ਯੂ ਬੇਟਾ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਬੱਚੇ ਬਹੁਤ ਸਾਰੇ ਪਿਆਰੇ ਪਿਆਰੇ ਗਾਣੇ ਸੁਣਾ ਰਹੇ ਥੈਂਕ ਯੂ ਬੇਟਾ ਆਜੋ 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 ਓਏ ਗੱਲ ਤਾਂ ਕਰ ਲਓ ਪਹਿਲਾਂ ਸਿੱਧੀ ਸਪੀਡ ਫੜਦੀ ਸੀ ਵੀਰੇ ਕੀ ਨਾਮ ਹੈ ਨਵਜੋਤ ਸਿੰਘ ਨਵਜੋਤ ਸਿੰਘ ਕੀ ਕਰਕੇ ਦਿਖਾਓਗੇ ਸਪੀਡ ਕਰਕੇ ਦਿਖਾਉਂਗਾ ਅੱਛਾ ਜੀ ਆਹ ਵੀਰੇ ਵੀ ਨਾਲ ਹੈ ਉਹ ਵੀ ਨਾਲ ਹੈ
ਆਜੋ ਬਾਈ ਆਜੋ ਮਾੜਾ ਜਿਹਾ ਉਹਦਾ ਬਾਈ ਮੁੱਛਾਂ ਨੂੰ ਗੇਟ ਦੀ ਜਾ ਰਿਹਾ ਆਜਾ ਵੀਰੇ ਆਜਾ ਜਾ ਨਾਮ ਤਾਂ ਦੱਸ ਦੇ ਯਾਰ ਜਗਰੂਪ ਬਾਈ ਬਾਈ ਜੀ ਦਾ ਨਾਮ ਜਗਰੂਪ ਬੜਾ ਪੁਰਾਣੀ ਫੀਲਿੰਗ ਆਉਂਦੀ ਜਗਰੂਪ ਬਾਬਾ ਨਾਂ ਦਾ ਜਲੂਸ ਕੱਢਤਾ ਪਤੰਦਰਾਂ ਨੇ ਕਿਹਨਾਂ ਨੇ ਉਹ ਜਿਹੜਾ ਲਿਖਦੇ ਨਹੀਂ ਹੁੰਦੇ ਜਨਮ ਸਰਟੀਫਿਕੇਟਾਂ ਜਾਂਦੇ ਉਹ ਨਾਂ ਦਾ ਜਗਨੂਰ ਸੀ ਉਹਨਾਂ ਜਗਰੂਪ ਹੀ ਚਾੜਤਾ ਪਤਾ ਨਹੀਂ ਕੀ ਖਾਧੀ ਪੀਤੀ ਸੀ ਉਹਦੀ ਉਹ ਜਦੋਂ ਘਰੇ ਕਹਿੰਦੇ ਨੇ ਜਗਰੂਪ ਕੇ ਘਰੇ ਜਾਣਾ ਹੈ ਮੈਂ ਜਿਹੜਾ ਮੁੰਡੇ ਦਾ ਨਾਮ ਜਾਂਦਾ ਕਿਸਦਾ ਘਰੇ ਦਾ ਸਰਪੰਚ ਕਹਿੰਦੇ ਆ ਕੀ ਬਾਤ ਹੈ ਜੀ ਪਿੰਡ ਸਰਪੰਚ ਹੈ ਮੁੰਡਾ ਕਿਆ ਬਾਤ ਹੈ ਵੀਰੇ ਕਿਆ ਬਾਤ ਹੈ ਕੀ ਕਰਕੇ ਦਿਖਾਉਂਗੇ ਟੱਪ ਕੇ ਦਿਖਾਵਾਂਗੇ ਅੱਛਾ ਨਹੀਂ ਕਰਕੇ ਦਿਖਾ ਦਾਂਗੇ ਕੋਈ ਨਾ ਦੇਖ ਲਈ ਨਹੀਂ ਕੀ ਦਿਖਾਉਂਗੇ ਟੱਪ ਕੇ ਸਟੰਟ ਜੇ ਦਿਖਾਵਾਂਗੇ ਬਈ ਅੱਛਾ ਇੱਕ ਤੁਸੀਂ ਕਹੀ ਤੁਸੀਂ ਮੈਂ 7ਵੀਂ ਚ ਲੱਗਿਆ ਸੀਗਾ ਅੱਛਾ ਹੁਣ ਕਿਹੜੀ ਕਲਾਸ ਹੋ ਗਏ ਮੈਂ 12ਵੀਂ ਚ ਕਿਆ ਬਾਤ ਹੈ ਖਾਸੇ ਸਾਲ ਹੋ ਗਏ ਪਤਾ ਹਾਂ ਅੱਛਾ ਇਹੀ ਸਿੱਖੀ ਜਾਂਦੇ ਹੋ ਹੋਰ ਹੋਰ ਨਹੀਂ ਸਿੱਖਦੇ ਕੁਛ ਹੋਰ ਕੋਈ ਕੰਮ ਹੀ ਨਹੀਂ ਪੈਂਦਾ ਹੋਰ ਕੰਮ ਹੀ ਨਹੀਂ ਪੈਂਦਾ ਵੱਡੇ ਹੋ ਕੇ ਕੀ ਬਣਾਂਗੇ ਵੱਡੇ ਹੋ ਕੇ ਬਾਹਰ ਪੂਰੀ ਜਾਵਾਂਗੇ ਅੱਛਾ ਬਾਹਰ ਜਾਵਾਂਗੇ ਕਿਹੜੇ ਦੇਸ਼ ਕੈਨੇਡਾ ਦਾ ਸਾ ਰੈਡੀਓ ਰੈਡੀਓ ਓਕੇ ਜ਼ੋਰਦਾਰ ਤਾੜੀਆਂ ਹੋਰ ਕੁਛ ਬੋਲਣਾ ਚਾਹੋਗੇ ਥੈਂਕ ਯੂ ਵੀਰੇ ਥੈਂਕ ਯੂ ਬੇਟਾ ਥੈਂਕ ਯੂ ਸੋਲੇ ਨਜ਼ਾਰਾ ਪੂਰਾ ਰਿਹਾ ਪਰ ਸਾਨੂੰ ਛੋਟਾ ਜਿਹਾ ਬ੍ਰੇਕ ਲੈਣਾ ਪਊਗਾ ਪਰ ਮਿਲਦੇ ਇੱਕ ਛੋਟੀ ਜੀ ਆ ਜਾਓ ਕੀ ਨਾਮ ਹੈ ਸਾਹਿਲਪ੍ਰੀਤ ਸਾਹਿਲਪ੍ਰੀਤ ਕੀ ਕਰਕੇ ਦਿਖਾਓਗੇ ਸੌਂਗ ਕਿਹੜਾ ਜਿੰਦਾਬਾਦ ਯਾਰੀਆਂ ਅੱਛਾ ਜਿੰਦਾਬਾਦ ਯਾਰੀਆਂ ਸਾਹਿਬਰੀ ਦਾ ਗਾਣਾ ਸੁਣਦਾ ਜੀ ਆਹ ਲਓ ਜੀ ਹੋ ਦਿਲ ਸ਼ੀਸ਼ੇ ਜਿਹੇ ਸਾਫ ਨੇ ਭਾਵੇਂ ਸ਼ਕਲਾਂ ਦੇ ਪੱਕੇ ਆ ਸਾਥੋਂ ਸ਼ੁਰੂ ਹੋਣ ਬਾਜ਼ੀਆਂ ਨੀ ਅਸੀਂ ਹੁਕਮ ਦੇ ਯੱਕੇ ਆ ਸਾਨੂੰ ਉਹਨਾਂ 'ਚ ਨਾ ਜਾਣੀ ਬੱਲੀਏ ਉਹਨਾਂ 'ਚ ਨਾ ਜਾਣੀ ਬੱਲੀਏ ਥੁੱਕ ਕੇ ਜੋ ਲੈਂਦੇ ਚਟਨੀ ਓਏ ਜ਼ਿੰਦਾਬਾਦ ਰਹਿਣ ਬਿੱਲੋ ਯਾਰੀਆਂ ਜਿੰਨਾ ਕਰਕੇ ਜੇ ਆਉਂਦਾ ਚਟਨੀ ਓਏ ਜ਼ਿੰਦਾਬਾਦ ਰਹਿਣ ਬਿੱਲੋ ਯਾਰੀਆਂ ਜਿੰਨਾ ਕਰਕੇ ਜੇ ਆਉਂਦਾ ਚਟਨੀ ਹਮਚ ਖੜੀ ਸਦਾ ਰੱਖੀਏ ਤਾਂ ਉਹ ਕਹਿੰਦੇ ਸਰਦਾਰ ਨੇ ਜਿਹੜੇ ਪਾਪੜ ਕਹਾਉਂਦੇ ਸੀ ਦਿੱਤੇ ਬੈਲੀਆਂ ਚਠਾਰ ਨੇ ਸਦਾ ਨਾਲ ਤੁਰਦੇ ਨੇ ਬੱਲੀਏ ਉਹ ਮੇਰੇ ਨਾਲ ਤੁਰਦੇ ਨੇ ਬੱਲੀਏ ਕਿਵੇਂ ਲੰਘ ਜੂ ਕੋਈ ਘੂਰੀ ਵੱਟਣੀ ਓਏ ਜ਼ਿੰਦਾਬਾਦ ਰਹਿਣ ਬਿੱਲੋ ਯਾਰੀਆਂ ਜਿੰਨਾ ਕਰਕੇ ਜੇ ਆਉਂਦਾ ਜੱਟਣੀ ਥੈਂਕ ਯੂ ਚੱਲ ਹੁਣ ਐਂ ਕਰ 5-7 ਤੇਰੇ ਜਿਹੜੇ ਯਾਰ ਨੇ ਜਿਗਰੀ ਯਾਰ ਕਿਸੇ 5 ਦੇ ਨਾਮ ਦੱਸ ਅਮਰਿੰਦਰ ਰਾਜਪਾਲ ਗਗਨ ਤੇ ਰਾਜਵਿੰਦਰ ਅਰਮਾਨ ਸ਼ੁਭਕਰਨ ਕਿਆ ਬਾਤ ਆ ਜੀ ਗਾਣਾ ਊਈ ਨਹੀਂ ਗਾਇਆ ਕੋਈ ਗੱਲ ਅਸੀਂ ਤਾਂ ਗਾਇਆ ਥੈਂਕ ਯੂ ਵੀਰੇ ਥੈਂਕ ਯੂ ਇਸ ਤੋਂ ਬਾਅਦ ਆਪਾਂ ਸੁਣੋ ਹਾਂਜੀ ਬੇਟੇ ਆ ਜਾਓ ਭੱਜੋ ਕਰਾਂਗੇ ਅੱਗੇ ਆ ਜਾਓ ਕੇ ਇੱਥੇ ਆ ਜਾਓ ਇੱਥੇ ਬਸ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ
ਕੀ ਨਾਮ ਹੈ ਜੀ? ਤੁਸ਼ਪਿੰਦਰ। ਅੱਛਾ ਜੀ, ਤੁਹਾਡਾ ਜੀ? ਰਜਿੰਦਰ ਕੌਰ। ਰਜਿੰਦਰ ਕੌਰ, ਅੱਛਾ ਜੀ। ਕਿਹੜੀ ਕਲਾਸ 'ਚ ਪੜ੍ਹਦੇ ਹੋ? +1। +1, ਹਾਂਜੀ। ਤੁਸੀਂ? +1। +1 ਕੀ ਕਰਕੇ ਦਿਖਾਓਗੇ? ਅੱਜ ਅਸੀਂ ਪੰਜਾਬੀ ਟੱਪੇ ਗਾਵਾਂਗੇ। ਪੰਜਾਬੀ ਟੱਪੇ? ਹਾਂਜੀ। ਚਾਹੇ ਹਿੰਦੀ ਟੱਪੇ? ਨਹੀਂ ਨਹੀਂ ਪੰਜਾਬੀ। ਚਾਹੇ ਇਹ ਟੱਪੇ, ਚਾਹੇ ਮੈਂ ਟੱਪੇ? ਨਹੀਂ ਨਹੀਂ ਪੰਜਾਬੀ ਟੱਪੇ, ਪਟਵਾ ਟੱਪੇ। ਹਾਂਜੀ ਬੇਟੇ, ਆਉਂਦੋ, ਮਾਈਕ ਉੱਪਰ ਰੱਖਿਓ। ਸਾਈਕਲ ਚਲਾਉਂਦੇ ਹੋ, ਸਾਈਕਲ ਚਲਾਉਂਦੇ ਹੋ, ਤੁਹਾਡੀ ਕੀ ਲੱਗਦੀ ਜਿਹਨੂੰ ਪਿੱਛੇ ਬਿਠਾਈ ਜਾਂਦੇ ਹੋ? ਓ ਤੁਹਾਡੀ ਕੀ ਲੱਗਦੀ ਜਿਹਨੂੰ ਪਿੱਛੇ ਬਿਠਾਈ ਜਾਂਦੇ ਹੋ? ਸਾਈਕਲ ਚਲਾਉਂਦੇ ਹਾਂ, ਓ ਸਾਈਕਲ ਚਲਾਉਂਦੇ ਹਾਂ, ਓ ਸਾਡੀ ਓ ਲੱਗਦੀ ਜਿਹਨੂੰ ਪਿੱਛੇ ਬਿਠਾਈ ਜਾਂਦੇ ਹਾਂ। ਓ ਸਾਡੀ ਓ ਲੱਗਦੀ ਜਿਹਨੂੰ ਪਿੱਛੇ ਬਿਠਾਈ ਜਾਂਦੇ ਹਾਂ। ਕੋਟ ਕਿੱਲੀ ਉੱਤੇ ਟੰਗਿਆ ਕਰੋ, ਕੋਟ ਕਿੱਲੀ ਉੱਤੇ ਟੰਗਿਆ ਕਰੋ, ਮਾਪੇ ਸਾਡੇ ਸ਼ੱਕ ਕਰਦੇ ਸਾਡੀ ਗਲੀ 'ਚੋਂ ਨਾ ਲੰਘਿਆ ਕਰੋ, ਮਾਪੇ ਸਾਡੇ ਸ਼ੱਕ ਕਰਦੇ ਸਾਡੀ ਗਲੀ 'ਚੋਂ ਨਾ ਲੰਘਿਆ ਕਰੋ। ਓਕੇ, ਥੈਂਕ ਯੂ ਬੇਟਾ, ਥੈਂਕ ਯੂ, ਥੈਂਕ ਯੂ ਸਰ, ਬਹੁਤ ਸੋਹਣੀਆਂ ਪੰਜਾਬੀ ਕਲਚਰ ਨਾਲ ਜੁੜੀਆਂ ਗੱਲਾਂ, ਪੰਜਾਬੀ ਟੱਪੇ, ਸੋ ਗੁੜੀਆਂ ਨੇ ਬਹੁਤ ਸੋਹਣੇ ਸੁਣਾਏ ਜੀ। ਸੋ ਇਸ ਤੋਂ ਆਪਾਂ ਛੋਟੀ ਜਿਹੀ ਗੇਮ ਇੱਕ ਹੋਰ ਕਰਾਉਂਦੇ ਹਾਂ, ਆਪਾਂ ਦੋ ਜਵਾਕ ਬੁਲਾਉਣੇ, ਪਹਿਲਾਂ ਆਹ ਬੁਲਾਉਣੇ, ਇੱਧਰ ਦੇਖੋ। ਹਾਂਜੀ ਬੇਟਾ, ਆ ਜਾਓ। ਕੀ ਨਾਮ ਹੈ? ਅਵਨੀਸ। ਅਵਨੀਸ, ਆ ਜਾਓ। ਕਿਆ ਪਤਾ ਬੇਟੇ, ਕੀ ਨਾਮ ਹੈ? ਹਰਮਨਦੀਪ। ਹਰਮਨਦੀਪ, ਬੇਟੇ ਆਪਾਂ ਗੇਮ ਖੇਡਾਂਗੇ ਕਿ, ਠੀਕ ਹੈ? ਗੇਮ ਤੁਹਾਨੂੰ ਇਹਨਾਂ ਨੂੰ ਦੱਸਦੀ ਪਹਿਲਾਂ, ਗੇਮ ਪਤਾ ਲੱਗ ਗਿਆ ਤੁਹਾਨੂੰ? ਹਾਂਜੀ ਹਾਂਜੀ। ਸੋ ਲਓ ਜੀ, ਆਹ ਪਿਆ ਜੀ ਪਿਓਰ ਰੂਟਸ ਦਾ ਗਿਫਟ। ਸੋ ਮੈਂ ਬੱਚਿਆਂ ਨੂੰ ਇਹਨਾਂ ਦੇ ਬਾਡੀ ਪਾਰਟਸ ਦਾ ਨਾਮ ਬੋਲੂੰਗਾ। ਮੈਂ ਬੋਲੂੰਗਾ ਸਿਰ, ਤੁਸੀਂ ਸਿਰ 'ਤੇ ਹੱਥ ਲਾਉਣਾ। ਮੈਂ ਬੋਲੂੰਗਾ ਪੈਰ, ਤੁਸੀਂ ਪੈਰ 'ਤੇ ਹੱਥ ਲਾਉਣਾ, ਠੀਕ ਹੈ? ਅਤੇ ਜਦੋਂ ਮੈਂ ਬੋਲਤਾ ਪਿਓਰ ਰੂਟਸ, ਸੋ ਜਿਹਨੇ ਚੱਕ ਲਿਆ ਉਹ ਵਿਨਰ ਹੋਊਗਾ, ਠੀਕ ਹੈ? ਸੋ ਇਹ ਫੁਰਤੀ ਵਾਲੀ ਗੇਮ ਹੈ। ਸੋ ਪਹਿਲਾਂ ਹੱਥ ਮਿਲਾਓ ਆਪਸ 'ਚ, ਭਲਵਾਨਾ ਵਾਂਗੂ। ਕਿਆ ਬਾਤ ਹੈ ਜੀ, ਕਿਆ ਬਾਤ ਹੈ! ਰੈਡੀ, 1 2 3, ਸਿਰ ਪੈਰ ਨੱਕ ਢੂਹੀ ਬੁੱਲ ਜੀਭ ਅੱਖ ਕੰਨ ਅੱਖ ਬੰਦ ਪਿਓਰ ਰੂਟਸ। ਕਿਆ ਬਾਤ ਹੈ ਜੀ, ਕਿਆ ਬਾਤ ਹੈ! ਸੋ ਇਹ ਬੱਚੀ ਵਿੰਦਰ ਜੀ ਪਿਓਰ ਰੂਟਸ ਜੀ। ਸੋ ਬੇਟਾ ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਚਲੋ ਕੋਈ ਨਹੀਂ, ਫਿਰ ਕੀ ਹੁੰਦਾ ਕਿ, ਥੈਂਕ ਯੂ, ਥੈਂਕ ਯੂ ਬੇਟਾ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਸੋ ਇਸ ਤੋਂ ਬਾਅਦ ਆਪਾਂ ਬੁਲਾਉਂਦੇ ਹਾਂ ਜੀ, ਘਰ ਦੇ ਕੰਮ ਕਰਦੇ ਹੋ? ਹਾਂਜੀ। ਕੀ ਆਟਾ ਗੁੰਨਣਾ, ਝਾੜੂ ਮਾਰਨਾ, ਰੋਟੀ ਬਣਾਉਣਾ। ਅੱਛਾ, ਤੇ ਹੋਰ? ਬਸ ਹੀ। ਅੱਛਾ, ਚਲੋ ਸੁਣਾਓ। ਇਸ਼ਕਾਂ ਦੇ ਲੇਖੇ ਲੱਗ ਗਏ ਉਮਰਾਂ ਦੀ ਪੁੰਜੀ ਜੀ, ਯਾਦਾਂ ਦੇ ਰਾਹ ਸੁਲਤਾਨੀ ਜਾਣੇ ਆਹੋ ਜੀ ਜੀ, ਜੋ ਬਣਦੀ ਉਮਰ ਬੀਤ ਗਈ ਦਿਲਬਰ ਦੇ ਮੰਦੇ ਜੀ, ਹੁਣ ਤੱਕ ਨਾ ਗਲ ਚੋਂ ਨਿਕਲੇ ਜ਼ੁਲਫਾਂ ਦੇ ਫੰਦੇ ਜੀ, ਸੇਵੀ ਤੋਂ ਐਸੇ ਤਿਲ ਕੇ ਮੁੜ ਕੇ ਨਾ ਖੜ ਹੋਇਆ, ਸੱਜਣਾ ਦੇ ਨਾਮ ਬਿਨਾਂ ਕੁਝ ਸਾਥੋਂ ਨਾ ਪੜ ਹੋਇਆ, ਮਖਮਲ ਜੇ ਦਿਨ ਹੁੰਦੇ ਸੀ ਸ਼ੱਕਰ ਜਿਹੀਆਂ ਰਾਤਾਂ ਸੀ, ਮਿਸ਼ਰੀ ਦੀਆਂ ਡਲੀਆਂ ਉਦੋਂ ਸੱਜਣਾ ਦੀਆਂ ਬਾਤਾਂ ਸੀ, ਸੁਰਮੇ ਵਿੱਚ ਲਿਪਟੀ ਤੱਕਣੀ ਮਾਨਾ ਸੀ ਚੋਰ ਬੜੀ, ਸੱਜਣਾ ਦਾ ਜ਼ੁਲਫੀ ਹਾਸਾ ਦਿੰਦਾ ਸੀ ਲੋਰ ਬੜੀ। ਥੈਂਕ ਯੂ ਬੇਟਾ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਸੋ ਗੁੜੀ ਨੇ ਬਹੁਤ ਸੋਹਣਾ ਗਾਣਾ ਸੁਣਾਇਆ ਜੀ, ਇਸ ਬੱਚੇ ਨੂੰ ਮਿਲਦਾ ਪਿਓਰ ਉਰਸ ਵੱਲੋਂ ਪਿਆਰਾ ਜਿਹਾ ਗਿਫਟ। ਚਲੋ ਬੇਟਾ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਨਾਲੇ ਕਿਹਦੇ ਨਾਲ ਆਉਣਾ, ਥੈਂਕ ਯੂ। ਚਲੋ ਜੀ, ਗਰਮੀ ਪੂਰੀ ਹੋ ਰਹੀ ਹੈ ਪਰ ਨਜ਼ਾਰੇ ਸਾਨੂੰ ਪੂਰੇ ਆ ਰਹੇ ਨੇ। ਹਾਂਜੀ, ਆ ਵੀਰਾ, ਹਾਂਜੀ ਵੀਰੇ, ਆ ਜਾਓ, ਆ ਜਾਓ, ਆ ਜਾਓ। ਹਾਂਜੀ ਵੀਰੇ, ਕੀ ਨਾਮ ਹੈ? ਨਵਜੀਤ ਸਿੰਘ। ਨਵਜੀਤ ਸਿੰਘ, ਕਿਹੜੀ ਕਲਾਸ 'ਚ ਪੜ੍ਹਦੇ ਹੋ? 8th 'ਚ। 8th 'ਚ, ਕੀ ਕਰਕੇ ਦਿਖਾਓਗੇ? ਬੋਲੀਆਂ ਪਾ ਕੇ। ਹਾਂ, ਬੋਲੀਆਂ ਪਾ ਕੇ ਦਿਖਾਓਗੇ। ਚਲੋ ਤੁਹਾਨੂੰ ਸਵਾਲ ਪੁੱਛਦੇ ਆ ਕਿ ਛੋਟਾ ਜਿਹਾ, ਅੱਖ ਨੂੰ ਪੰਜਾਬੀ 'ਚ ਕੀ ਕਹਿੰਦੇ ਨੇ? ਅੱਖ। ਹੈਂ? ਅੱਖ। ਨੱਕ ਨੂੰ ਪੰਜਾਬੀ 'ਚ ਕੀ ਕਹਿੰਦੇ ਨੇ? ਨੱਕ। ਨੱਕ ਨੂੰ ਹਿੰਦੀ 'ਚ ਕੀ ਕਹਿੰਦੇ ਨੇ? ਨੋਜ਼। ਹੈਂ? ਨੋ, ਨਾਕ। ਨਾਕ, ਨਾਕ ਮੁੱਕਾ, ਨਾਕ ਮੁੱਕਾ, ਫਸ ਗਿਆ। ਚਲ ਬੋਲੀ ਸੁਣਦੇ ਜੀ ਬਾਈ ਜੀ। ਹਾਂਜੀ, ਤੂੰ ਗਿੱਧਾ ਗਿੱਧਾ ਕਰਦੀ ਮੇਲਣੇ ਗਿੱਧਾ ਪਉ ਬਥੇਰਾ, ਤੂੰ ਗਿੱਧਾ ਗਿੱਧਾ ਕਰਦੀ ਮੇਲਣੇ ਗਿੱਧਾ ਪਉ ਬਥੇਰਾ, ਅੱਖ ਚੱਕ ਕੇ ਦੇਖ ਤਾਹਨੂੰ ਨੀ, ਅੱਖ ਚੱਕ ਕੇ ਦੇਖ ਤਾਹਨੂੰ, ਭਰਿਆ ਪਿਆ ਬਨੇਰਾ ਨੀ ਜੇ ਤੈਨੂੰ ਧੁੱਪ ਲੱਗਦੀ, ਪਹਿਲਾ ਚਾਦਰਾ ਮੇਰਾ ਨੀ ਜੇ ਤੈਨੂੰ ਧੁੱਪ ਲੱਗਦੀ, ਪਹਿਲਾ ਚਾਦਰਾ ਮੇਰਾ ਨੀ ਜੇ ਤੈਨੂੰ ਧੁੱਪ ਲੱਗਦੀ।
गर्मी बहुत हो रही है बाहर। बेटा गर्मी लग रही है, अंदर चलिए। सुनो जी बाहर गर्मी बहुत है, आप अंदर जाके गलबात कर दे, गलबात एवं ही चलूगी। चलिए आ जाओ। हाँ जी हाँ जी आ जाओ, चलो बैग ले लिया बैग। हाँ जी रौला पा दो, रौला पा दो। सुनो जी बाहर धुप बहुत सी, सो बच्चों की केयर करते हैं, सो इस करके सू अंदर आना पाया, गलबात उवें चलूगी। हाँ जी इस तो बाद अगे आ जाओ, थोड़ा पिछे आ जाओ, चला इत ही आ जाओ। बेटे की नाम है? सुप्रीत कौर। सुप्रीत कौर कि क्लास पढ़ते हो? 6th बी। बेटे आ गए थोड़े इतने? सर सर गिर गए। किमें? सर स्पोर्ट्स कर रहे, सर गिर गए। गिर गए, अच्छा तो ध्यान रखे बेटे चंगा। की करके दिखाओगे? सर मिमिक्री। हैं? मिमिक्री। मिमिक्री किस चीज़ की? सर डॉग। डॉग की मिमिक्री। बकरी दी, बकरी दी, बकरी सब तो आसान होंगी है जी, है ना बेटे? बकरी मिमिक्री करने जमी आसान होंगी है ना, हाँ जी है ना। आ जा फिर, आ जा। ना 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 भाई ऐ नहीं। हाँ ये बच्चा कहने कि बकरी मिमिक्री करनी सब तो आसान होंगी है। हाँ जी करके दिखाओ। नहीं मैंने नहीं पता ना, नहीं एक बारी आ जा बकरी में, बकरी बेटे कहते हैं मैं, करके दिखाओ एक बारी, एक बार ऐ कर दो मेरे मंगू मैं। एक बार उच्ची देने मैं। आज तुझे भी करके दिखाओ मैं। थैंक यू बेटा, थैंक यू थैंक यू थैंक यू। चलो जी बड़ा नज़ारा स्कूल में गल्ला बातें करन दा, सो छोटा जिहा ब्रेक लैने आपां, मिलते हैं छोटी जी ब्रेक। सो लो जी ब्रेक तो बाद असीं फिर तो हाजिर हो चुके स्कूल दे विच, क्योंकि शो दा नाम है अच्छी छुट्टी वाली। अच्छा जी हाँ जी सत श्री अकाल जी। मापे कहने जज बनना पापा दी ड्रीम है। क्या बात है, वेरी गुड। सो इस तरह बच्चे भी होने जिन्हें जिहड़े कहंदे ने जज बनना, जिहड़े बच्चे सोच रहे ने जी तो जरूर बनने, जरूर बनने ना बेटा। सो इस गुड़िया लई जोरदार ताड़ियां। हाँ जी दिन हो गए चार दे रेंदी करो बार वे, तेरे करके तू नी तकदा ना पुछे हाल चाल दे, गल दिल दा टाल दे हुण मैथों तू बड़ा के दूरी रखदा, तेनू इक रज कहना सुनिया वे मैं तेरे नाल रहना सुनिया, तेनू इक रज कहना वे मैं तेरे नाल रहना, आके अपने भी दिल दी तू कह, तेरे पीछे कली हो गई वे मैं चली हो गई, अखा मेरी अज प्यार पढ़ ले तेरे पीछे कली हो गई वे मैं चली हो गई, अखा मेरी अज प्यार पढ़ ले। थैंक यू, थैंक यू बेटा, थैंक यू थैंक यू। जोरदार ताड़ी इस बच्चे लई। ਉਸ ਤੋਂ ਬਾਅਦ ਬੁਲਾਉਣੇ ਆ। ਹਾਂਜੀ ਆ ਜਾਓ ਜੀ, ਆ ਜਾਓ ਆ ਜਾਓ ਆ ਜਾਓ। ਸਤਿ ਸ਼੍ਰੀ ਅਕਾਲ ਸਰ। ਅੱਛਾ ਮੈਨੂੰ ਬੁਲਾਉਣੇ ਦਿੱਤੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਬੇਟੇ? ਅਮਨਦੀਪ। ਅਮਨਦੀਪ ਹੋਰ ਕਿਹੜੀ ਕਲਾਸ 'ਚ ਪੜ੍ਹਦੇ ਹੋ? ਮੈਂ ਪਲੱਸ 1 ਕਾਮਰਸ। ਵੱਡੇ ਹੋ ਕੇ? ਬਿਜ਼ਨਸਮੈਨ। ਬਿਜ਼ਨਸਮੈਨ ਵੂਮਨ ਲਾ ਲਓ। ਹਾਂਜੀ ਹਾਂਜੀ ਕੀ ਕਰਕੇ ਦਿਖਾਓਗੇ? ਮੈਂ ਐਕਟਿੰਗ ਕਾਮੇਡੀ। ਕਾਮੇਡੀ ਐਕਟਿੰਗ ਕਿਸ ਦੀ? ਇੱਕ ਲੇਡੀ ਦੀ। ਲੇਡੀਜ਼ ਦੀ। ਆ ਲਓ ਫੜੋ ਮਾਈਕ। ਭਾਨੋ ਬੁੜੀ ਆ ਗਈ ਇਧਰੋਂ। ਹਾਂਜੀ ਭਾਨੋ ਬੁੜੀ ਨੀ ਛਿੰਦੀ ਹੈ ਨੀ ਭੈਣੇ ਘਰ ਹੀ ਹੈ ਨੀ ਐਂ ਜੇ ਕਦੋਂ ਬੋਲਦੀ ਹੈ ਨੀ ਭੈਣੇ ਪੁੱਛਣਾ ਮੇਰੀ ਮਰਗੀ ਗੱਲ ਸੱਸ ਹਾਂ ਹੋਰ ਮੈਨੂੰ ਤਾਂ ਛਿੰਦੀ ਦਾ ਬਾਪੂ ਕਹਿੰਦਾ ਤੂੰ ਤਾਂ ਰੋਂਦੀ ਨੀ ਰੋਂਦੀ ਨੀ ਅੱਛਾ ਫੇਰ ਫੇਰ ਕੀ ਹੋਣਾ ਸੀ ਜਦੋਂ ਮੈਂ ਜਦੋਂ ਮੇਰੀ ਸੱਸ ਦੀ ਚੱਕਣ ਲੱਗੇ ਅਰਥੀ ਮੈਂ ਤਾਂ ਲਾ ਦੀ ਲੰਬੀ ਜੀ ਹੇਕ ਫੇਰ ਕੀ ਕੀਤਾ ਮੈਂ ਲਾਈ ਬੀਬੀ ਛੱਡਣੀ ਪੀੜੀ ਦਾ ਪਾਲਾ ਹੁਣ ਸਾਡਾ ਨਹੀਂ ਆਉਂਦਾ ਵਾ ਨੀ ਤਵੇ ਵਾਲੇ ਲੈ ਨੀ ਚੱਲੇ ਬੀਬੀ ਆਏ ਯਾਰ ਰੋਣ ਵਾਲੇ ਕੰਮ 'ਚ ਤੂੰ ਇਹੋ ਜਿਹੇ ਗਾਣੇ ਗਾਉਂਦੀ ਸੀ ਹੋਰ
ਅੱਛਾ ਆਪਾਂ ਤਾਂ ਆਈ ਹੈ ਫਿਰ ਅੱਛਾ ਫੇਰ ਕੀ ਕੀਤਾ ਜਦੋਂ ਮੇਰੀ ਸੱਸ ਦਸ ਕਰਕੇ ਸੰਸਕਾਰ ਮੈਂ ਤਾਂ ਫੇਰ ਲਾਤੀ ਫੇਰ ਕਿਹੜੀ ਲਾਤੀ ਭਾਗਾਂ ਵਾਲਿਆਂ ਦੇ ਕਾਰਜ ਹੋ ਗਏ ਪੂਰੇ ਨਹੀਂ ਭਾਗਾਂ ਵਾਲਿਆਂ ਦੇ ਕਾਰਜ ਹੋ ਗਏ ਪੂਰੇ ਨਹੀਂ ਭਾਗਾਂ ਵਾਲਿਆਂ ਦੇ ਵੈਰੀ ਗੁੱਡ ਜੀ ਵੈਰੀ ਗੁੱਡ ਵੈਰੀ ਗੁੱਡ ਥੈਂਕ ਯੂ ਬੇਟਾ ਥੈਂਕ ਯੂ ਥੈਂਕ ਯੂ ਥੈਂਕ ਯੂ ਆ ਜਾਓ ਇਸ ਬੱਚੇ ਨੂੰ ਮਿਲਦਾ ਜੀ ਪਿਓਰ ਰੂਟਸ ਵੱਲੋਂ ਪਿਆਰਾ ਹੈ ਗਿਫਟ ਕਿਉਂਕਿ ਐਕਟਿੰਗ ਬਹੁਤ ਸੋਹਣੀ ਕਰਕੇ ਦਿਖਾਈ ਹੈ ਸੋ ਬੇਟਾ ਥੈਂਕ ਯੂ ਥੈਂਕ ਯੂ ਬੇਟਾ ਥੈਂਕ ਯੂ ਥੈਂਕ ਯੂ ਥੈਂਕ ਯੂ ਇਸ ਤੋਂ ਬਾਅਦ ਤੁਸੀਂ ਆ ਜਾਓ ਇਹੋ ਜਿਹਾ ਕੋਈ ਇਹੋ ਜਿਹਾ ਜਵਾਕ ਹੋਰ ਆ ਗਿਆ ਜੀ ਟੱਕਰ ਦਾ ਨਹੀਂ ਆਏ ਨਹੀਂ ਬਰਾਬਰ ਖੜਕੇ ਦੇਖੇ ਤੇ ਲੈ ਕਿੱਥੇ ਦੋ ਬਣ ਜਾਣਗੀਆਂ ਆ ਜਾ ਕੋਈ ਹੈ ਬੱਚਾ ਇਹਦੇ ਵਰਗਾ ਹੋਰ ਮੇਰੇ ਕੀ ਨਾਮ ਹੈ ਮੰਥਨ ਹੈ ਮੰਥਨ ਮੰਥਨ ਬੇਟਾ ਆਪਾਂ ਇੱਕ ਗੇਮ ਖੇਡਾਂਗੇ ਛੋਟੀ ਜਿਹੀ ਗੇਮ ਹੈ ਠੀਕ ਹੈ ਗੇਮ ਇਹ ਹੋਊਗੀ ਕਿ ਇੱਕ ਬੈਲੂਨ ਹੋਊਗਾ ਆਪਣੇ ਕੋਲ ਬੈਲੂਨ ਤੁਹਾਡੇ ਫੋਰਹੈਡ 'ਤੇ ਰੱਖਿਆ ਜਾਊਗਾ ਦੋਵਾਂ ਦੇ ਠੀਕ ਹੈ ਤੁਸੀਂ ਭੰਨਣਾ ਉਹ ਚਲੋ ਜੀ ਇਹ ਬੈਲੂਨ ਹੈ ਇੱਥੇ ਆ ਜਾਓਗੇ ਸੋ ਇਹ ਇੱਥੇ ਹੱਥ ਪਿੱਛੇ ਕਰ ਲਓ ਰੈਡੀ 1 2 3 ਸਟਾਰਟ ਸੋ ਇਹਨਾਂ ਵਾਸਤੇ ਕੀ ਔਖਾ ਕੰਮ ਹੈ ਜੀ ਇਹ ਜਿਹਾ ਥੈਂਕ ਯੂ ਵੀਰੇ ਵੈਲਕਮ ਲਾ ਉਹੀ ਡਰੀ ਗਿਆ ਐਡਾ ਕੰਮ ਸੀਗਾ ਡਰਦਾ ਤਾਂ ਨਹੀਂ ਹੁਣ ਤਾਂ ਅੱਗੇ ਤੋਂ ਨਾ ਓਕੇ ਕਹ ਜਿੰਦੀ ਜਿੰਦਾਬਾਦ ਜਿੰਦੀ ਜਿੰਦਾਬਾਦ ਜਿੰਦਾਬਾਦ ਥੈਂਕ ਯੂ ਬੇਟਾ ਥੈਂਕ ਯੂ ਥੈਂਕ ਯੂ ਥੈਂਕ ਯੂ ਬੇਟੇ ਥੈਂਕ ਯੂ ਥੈਂਕ ਯੂ ਹਾਂਜੀ ਬੇਟਾ ਅੱਗੇ ਆ ਜਾਓ ਬੇਟੇ ਐਂ ਦੱਸੋ ਆਖਰੂ ਪੰਜਾਬੀ 'ਚ ਕੀ ਕਹਿੰਦੇ ਨੇ ਆਈ ਕੀ ਕਹਿੰਦੇ ਨੇ ਆਈ ਅੱਖ ਨੂੰ ਪੰਜਾਬੀ 'ਚ ਹਾਂਜੀ ਹਾਂ ਅੱਖ ਨੂੰ ਪੰਜਾਬੀ 'ਚ ਕੀ ਕਹਿੰਦੇ ਨੇ ਭੁੱਲ ਗਈ ਸੀਗੀ ਚਲੋ ਕੋਈ ਨਹੀਂ ਹਾਂਜੀ ਇਸ ਤੋਂ ਬਾਅਦ ਆਪਾਂ ਗੇਮ ਇੱਕ ਗੇਮ ਕਰਾਉਣੀ ਛੋਟੀ ਜੀ ਗੇਮ ਪਤਾ ਕੀ ਹੈ ਮੈਂ ਉੱਥੋਂ 4-5 ਬੈਲੂਨ ਲੈ ਕੇ ਆਊਂਗਾ ਠੀਕ ਹੈ ਸੋ ਤੁਹਾਨੂੰ ਉਹ ਬੈਲੂਨ ਭੰਨਣੇ ਨੇ ਜਾਣੇ ਤੁਸੀਂ 4 ਹੋ ਬੈਲੂਨ ਹੋਣਗੇ 5 ਠੀਕ ਹੈ ਜਾਣ ਕੇ ਇੱਕ ਐਕਸਟਰਾ ਹੋਊਗਾ ਅਤੇ ਜਿਹੜਾ ਉਹ ਐਕਸਟਰਾ ਭੰਨੂਗਾ ਉਹ ਹੋਊਗਾ ਵਿਨਰ ਵਿਨਰ ਠੀਕ ਹੈ ਚਲੋ ਜੀ ਆਹ ਬੈਲੂਨ ਨੇ ਠੀਕ ਹੈ ਭੰਨਣਾ ਪਤਾ ਕਿਵੇਂ ਹੈ ਉੱਪਰ ਬੈਠ ਕੇ ਸਟਾਰਟ ਉੱਪਰ ਬਹਿ ਕੇ ਹਾਂਜੀ ਆਪਾਂ ਕਿੰਨੇ ਬੰਨੇ ਦੋ ਆਪਾਂ ਜੀਰੋ ਆਹਦਾ ਫੋਸਾ ਹੀ ਰਹਿ ਗਿਆ ਜਮੀ ਸੋ ਥੈਂਕ ਯੂ ਬੇਟਾ ਸੋ ਇਹ ਦੋ ਬੱਚਿਆਂ ਨੂੰ ਮਿਲਦਾ ਜੀ ਪਿਓਰ ਰੂਟਸ ਵੱਲੋਂ ਪਿਆਰਾ ਹੈ ਗਿਫਟ ਹੈਲੋ ਜੀ ਥੈਂਕ ਯੂ ਬੇਟਾ ਥੈਂਕ ਯੂ ਜ਼ੋਰਦਾਰ ਤੁਹਾਡੇ ਨਾਲ ਬੱਚਿਆਂ ਲਈ ਚਲੋ ਬੇਟਾ ਚਲੋ ਜੀ ਇਸ ਤੋਂ ਬਾਅਦ ਆਪਾਂ ਬੱਚੇ ਬੁਲਾਉਣੇ ਆ ਥੋੜ੍ਹੇ ਜਿਹੇ ਹੋਰ ਘੈਂਟ ਘੈਂਟ ਆ ਜੀ ਬੱਚੋ ਆ ਜਾਓ ਸਤਿ ਸ਼੍ਰੀ ਅਕਾਲ ਬੇਟੇ ਕੀ ਨਾਮ ਹੈ ਹਰਮਨਪ੍ਰੀਤ ਕੌਰ ਬੇਟੇ ਇਹਨੂੰ ਕੀ ਕਹਿੰਦੇ ਨੇ ਫ੍ਰੈਂਚ ਮੁੱਢੀ ਪੰਜਾਬੀ ਮਿੱਟੀ ਕਿਹੜੀ ਹੁੰਦੀ ਹੈ ਆਹਾ ਗੁੱਤੋ ਅੱਛਾ ਹਿੰਦੀ ਮਿੱਟੀ ਕਿਹੜੀ ਹੁੰਦੀ ਹੈ ਹਿੰਦੀ ਖੰਜੂਰੀ ਖੰਜੂਰੀ ਅੱਛਾ ਤੇ ਬੇਟੇ ਕੀ ਕਰਕੇ ਗਾਉਂਗੇ ਸੌਂਗ ਗਾਉਂਗੇ ਕਿਹੜਾ ਜੋ ਭੇਜੀ ਸੀ ਦੁਆ ਅੱਛਾ ਜੋ ਭੇਜੀ ਸੀ ਦੁਆ ਹਾਂਜੀ ਬੇਟਾ ਹਲੋ ਕਿਸੇ ਪੁੱਛੂ ਹੈ ਸਾ ਕਿਉਂ ਬੇਜ਼ੁਬਾਂ ਸਾ ਇਹ ਜਹਾਂ ਹੈ ਖੁਸ਼ੀ ਭੀ ਯਹਾਂ ਹੈ ਜਾਨੇ ਕਿਤਨੇ ਲਬੋਂ ਪੇ ਗਿਲੇ ਹੈ ਜ਼ਿੰਦਗੀ ਸੇ ਕਈ ਫਾਸਲੇ ਹੈ ਪਰ ਜਿਤਨੇ ਹੈ ਸਪਨੇ ਆਖੋ ਮੇ
लकीरे जब छूटे न हाथों से यूं बेवजह, जो भेजी थी दुआ वो जाके आसमां से यूं टकरा गई के आ गई है लौट के सदा। थैंक यू बेटा, थैंक यू थैंक यू थैंक यू। तो गुड़ी ने बहुत सोना गाना गाया बेटे, आजो 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 से बाद में डांस परफॉर्मेंस है। अच्छा बाद में क्यों, आप होने कर लेने बेटे, केड़े गाने करोगे? मिठी मिठी, शेप ऑफ यू एंड दो तीन हिंदी ने। अच्छा उन्होंने नाम नहीं पता? उन्होंने नाम पता पर कंफर्म नहीं, एक तरीफा एक लैम्बोर्गिनी। इधर पूरी एल्बम पे करनु करते ने। अच्छा लैम्बोर्गिनी, आज उ जाओ उठो। केड़े गाने डांस करोगे? काफी सॉन्ग्स ने, जाने जिदा कितना कितना केड़े केड़े? जिवे लैम्बोर्गिनी, जिवे लैम्बोर्गिनी, त्रिफा, मिठी मिठी, मिठी मिठी, कौड़ी कौड़ी। बेटा थैंक यू थैंक यू, जोरदार ताड़ी ना बच्चा ले। चाकू लेके अखा खोल लो, लो जी लो लो, लो जी लो लो। थैंक यू बेटा थैंक यू थैंक यू बेटा थैंक यू। सब बहुत सोहना डांस किया जी बच्चा ने। इस तो बाद आपां बुलाउणे आ, सुनो जी इस तो बाद आपां उपरों लेके आउणे आ उपरों। हाँ जी मेरे हेलो चौदह साल। एक्टिंग करनी होगी है? हाँ जी। का दी एक्टिंग करेगा? बड़ी मार जी जी। अच्छा हूँ निकाह। थैंक यू मेरे, थैंक यू थैंक यू थैंक यू। सुनिए बड़ा नजारा रहे भाई है स्कूल में, मेरा भी गला खराब हो गया गल कर करके, पर आप थकते नहीं है। हाँ जी बेटे आ जाओ। सत श्रीकाल, की करके दिखाओगे? सर शायरी। शायरी दोनों सही है? आप रो माइक। मिल के करदे सी जिन्ना नाल मस्ती, ओना सहेलियां नु मिलन दा जी करदा, नफरत सी इस क्लासरूम तो अज फिर क्लास लगाउन दा जी करदा, जिंदगी दे ओना हसीन पला नु अज फिर जिउन दा जी करदा, अज फिर जिउन दा जी करदा। क्या बात है, क्या बताया, छोटे छोटे बच्चे गल्ला वड्डियां वड्डियां। थैंक यू बेटा, थैंक यू थैंक यू थैंक यू थैंक यू। इस तो बाद आप, इस तो बाद हां जी आ जाओ। हाय सहजप्रीत सिंह। गाना सुनाओगे? केड़ा? ताड़ी रख। तेरा यार डिफॉल्टर।
क्या बात है, डिफॉल्टर जाने वाली ताड़ियाँ, ए डिफॉल्टर जाने वाली। अच्छा कहो जो बंदे टक्कर इस दिन ना हूं तो कह के टका डिफॉल्टर बंदे टक्कर गए सी ਰੱਤੀ ਐ ਤੂੰ ਬੱਚੀ ਤੈਨੂੰ ਟੱਕਰੀ ਸੀ ਕਿੱਥੋਂ ਬਾਜ਼ਾਰ ਚ ਬਾਜ਼ਾਰ ਚ ਕੀ ਕਹਿੰਦੇ ਸੀਗੇ ਡਿਫਾਲਟਰ ਬਣਨਾ ਮੈਂ ਤੈਨੂੰ ਕਹਿੰਦਾ ਡਿਫਾਲਟਰ ਬਣਨਾ ਤੂੰ ਬਣ ਗਿਆ ਕੀ ਬਾਤ ਹੈ ਇਹਦੀ ਡਿਫਾਲਟਰ ਹੈ ਮੁੰਡਾ ਆਪਾਂ ਮੈਨੂੰ ਹੀ ਬਾਜ਼ਾਰ ਚ ਮਿਲੇ ਸੀ ਤੈਨੂੰ ਬਾਜ਼ਾਰ ਚ ਮਿਲੇ ਸੀ ਕੀ ਕਹਿੰਦੇ ਮੈਨੂੰ ਕਹਦੇ ਤੂੰ ਸਾਡੀ ਟੀਮ ਚ ਹੋ ਜਾ ਸਾਡੀ ਟੀਮ ਚ ਹੋ ਜਾ ਫੇਰ ਤਾਂ ਕੀ ਕਿਹਾ ਮੈਂ ਕਿਹਾ ਮੈਂ ਨਹੀਂ ਮੈਂ ਤਾਂ ਫੌਜੀ ਬਣਨਾ ਅੱਛਾ ਫਿਰ ਨਾਲ ਡਿਫਾਲਟਰ ਬਣ ਗਿਆ ਨਹੀਂ ਮੈਂ ਗਾਣਾ ਗਾਇਆ ਅੱਛਾ ਓਕੇ ਥੈਂਕ ਯੂ ਬੇਟਾ ਥੈਂਕ ਯੂ ਜ਼ੋਰਦਾਰ ਤਾੜੀਆਂ ਬੱਚੇ ਲਈ ਥੈਂਕ ਯੂ ਸੋ ਇਹ ਗੱਲਾਂ ਦਾ ਸਿਲਸਿਲਾ ਇਸ ਤਰ੍ਹਾਂ ਜਾਰੀ ਰਹੂਗਾ ਪਰ ਮਿਲਦੇ ਇੱਕ ਛੋਟੀ ਜੀ ਸੋ ਜੀ ਨਜ਼ਾਰੇ ਲੈਣ ਲਈ ਅਸੀਂ ਫਿਰ ਤੋਂ ਸਕੂਲ ਦੇ ਵਿੱਚ ਆ ਚੁੱਕਿਆ ਕਿਉਂਕਿ ਸ਼ੋਅ ਦਾ ਨਾਮ ਹੈ ਅੱਧੀ ਛੁੱਟੀ ਸਾਰੀ ਇਸ ਤੋਂ ਬਾਅਦ ਆਜੋ ਵੀਰੇ ਆਜੋ ਹੋ ਬੜੇ ਖਾਂਦੇ ਪੀਂਦੇ ਘਰ ਦੇ ਜਵਾਕ ਪੜ੍ਹਦੇ ਨੇ ਸਕੂਲ 'ਚ ਸਾਰੇ ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਕੀ ਕਰਕੇ ਦਿਖਾਓਗੇ ਮਿਮਿਕਰੀ ਮਿਮਿਕਰੀ ਕਾਹਦੀ ਮੁਰਗੇ ਦੀ ਮੁਰਗੇ ਦੀ ਆਉਣ ਦੋ ਅੱਛਾ ਅੱਛਾ ਹੋਰ ਥੈਂਕ ਯੂ ਵੀਰੇ ਥੈਂਕ ਯੂ ਇੰਨੀ ਪਿਆਰੀ ਗੱਲਬਾਤ ਕਰਨ ਲਈ ਵੀਰੇ ਸਤਿ ਸ਼੍ਰੀ ਅਕਾਲ ਜੀ ਅੱਜ ਵੀਰੇ ਅੱਗੇ ਆ ਜਾਓ ਹਾਂਜੀ ਵੀਰੇ ਕੀ ਨਾਮ ਹੈ ਕੁਲਵਿੰਦਰ ਸਿੰਘ ਵੀਰੇ ਪੱਗ ਬਹੁਤ ਸੋਹਣੀ ਤੁਹਾਡੀ ਆਪ ਬੰਨਦੇ ਹੋ ਫਿਰ ਡੈਡੀ ਬੰਨਦੇ ਨੇ ਆਪ ਬੰਨਦੇ ਹੋ ਕਿਆ ਬਾਤ ਹੈ ਛੋਟੇ ਬੱਚੇ ਕਿੰਨੇ ਸੋਹਣੇ ਦਸਤਾਰਾ ਸੋ ਵਧੀਆ ਹਾਂਜੀ ਵੀਰੇ ਕੀ ਕਰਕੇ ਦਿਖਾਓਗੇ ਸ਼ਬਦ ਵੀ ਗਾ ਕੇ ਦਿਖਾਉਣਗੇ ਹਾਂਜੀ ਬੇਟਾ ਲਓ ਮਾਈਕ ਉੱਚਾ ਦਰ ਬਾਬੇ ਨਾਨਕ ਦਾ ਮੈਂ ਸੋਭਾ ਲੈ ਕੇ ਆਇਆ ਹੱਟ ਖੁੱਲ੍ਹ ਗਈ ਬਾਬੇ ਨਾਨਕ ਦੀ ਹੱਟ ਖੁੱਲ੍ਹ ਗਈ ਬਾਬੇ ਨਾਨਕ ਦੀ ਤੋਲ ਤੋਲ ਕੇ ਸੌਦਾ ਲੈਣ ਦੇ ਭਾਗਾਂ ਵਾਲੇ ਥੈਂਕ ਯੂ ਬੇਟਾ ਥੈਂਕ ਯੂ ਕਹਿੰਦੇ ਉੱਚਾ ਦਰ ਬਾਬੇ ਨਾਨਕ ਦਾ ਮੈਂ ਸੋਭਾ ਸੁਣ ਕੇ ਆਇਆ ਥੈਂਕ ਯੂ ਵੀਰੇ ਥੈਂਕ ਯੂ ਹਾਂਜੀ ਵੀਰੇ ਕੀ ਨਾਮ ਹੈ ਰਾਮ ਸਿੰਘ ਜੀ ਰਾਮ ਸਿੰਘ ਜੀ ਆਪਣਾ ਜੀ ਲਵਜੋਤ ਸਿੰਘ ਕੀ ਕਰਕੇ ਦਿਖਾਓਗੇ ਅਸੀਂ ਜੀ ਜੁਗਨੂੰ ਹਾਜ਼ਰ ਕਰਾਂਗੇ ਐਕਟਿੰਗ ਕਰੋਗੇ ਐਕਟਿੰਗ ਜੁਗਨੂੰ ਹਾਜ਼ਰ ਕਰਾਂਗੇ ਤੁਸੀਂ ਵੀ ਹਾਂਜੀ ਤੁਸੀਂ ਕੀ ਬਣੋਗੇ ਜੁਗਨੂੰ ਹਾਜ਼ਰ 'ਚ ਇੱਕ ਵਧੀਆ ਆ ਸਟੂਡੈਂਟ ਉਹ ਨਹੀਂ ਹੈਗਾ ਲਓ ਜੀ ਬੱਚੇ ਆਓ ਫਿਰ ਕਹਿੰਦੇ ਸਰਕਾਰੀ ਸਕੂਲਾਂ 'ਚ ਮਾਸਟਰ ਪੜ੍ਹਾਉਂਦੇ ਨਹੀਂ ਮਾਸਟਰ ਸਵਾਹ ਪੜ੍ਹਾਉਣ ਬੱਚੇ ਟਾਈਮ 'ਤੇ ਆਉਂਦੇ ਨਹੀਂ ਟਨ 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 ਉਹ ਜੀਟ ਰੋਡ 'ਤੇ ਦਹਾਈਆਂ ਪਵੇ ਉਹ ਯਾਰ ਇਹਦਾ ਟਰੱਕ ਬੱਲੀਏ ਉਹ ਜੀਟ ਰੋਡ 'ਤੇ ਆ ਜਾ ਪੁੱਤ ਟਰੱਕ ਲਾ ਸਾਈਡ 'ਤੇ ਦਹਾਈਆਂ ਤੇਰੀਆਂ ਮੈਂ ਪਾਉਣਾਗਾ ਖੜਨ ਉੱਠਣ ਦਾ ਵੀ ਨੀ ਹੁੰਦਾ ਜੀ ਤੇ ਹੋਰ ਲੇਟ ਕਹਾਂਗਾ ਸਰ ਜੀ ਟਰੱਕ ਪੈਂਚਰ ਹੋ ਗਿਆ ਸੀ ਜੀ ਪੈਂਚਰ ਵਾਲਾ ਹੁਣ ਟਰੱਕ ਦੇ ਹੈ ਹੁਣ ਕਾ ਤੂੰ ਨਾ ਲੇਟ ਹੁੰਦਾ ਨਾ ਜੀ ਓਕੇ ਸੌਰੀ ਬੋਲ ਕੇ ਲੇਟ ਹੋ ਗਿਆ ਜੀ ਮੈਂ ਸੌਰੀ ਜੀ ਮੈਂ ਲੇਟ ਹੋ ਗਿਆ ਅਗਲੀ ਵਾਰ ਤੋਂ ਟਰੱਕ ਦੇ ਪੱਕਾ ਪੈਂਚਰ ਲਵਾਇਆ ਕਰੂੰਗਾ ਜੀ ਓਕੇ ਮੈਨੂੰ ਕੁੱਤੇ ਤੋਂ ਲਿਖ ਲਿਖਣ ਨੂੰ ਕਿਹਾ ਸੀਗਾ ਲਿਖ ਲਿਆ ਨਾ ਜੀ ਜਾਂ ਮੈਂ ਲਿਖਣ ਲੱਗਿਆ ਜੀ ਕੁੱਤਾ ਦਾ ਚੀਕਾ ਮਾਰਦਾ ਹੋ ਗਿਆ ਜੀ ਅੱਛਾ ਕੁੱਤੇ ਦੇ ਪੈਨ ਨਾਲ ਲਿਖਣ ਲੱਗ ਗਿਆ ਸੀ ਹਾਂ ਜੀ ਕੀ ਬਾਤ ਹੈ ਉਹ ਤੈਨੂੰ ਮੈਂ ਕਾਪੀ ਤੇ ਲਿਖ ਲਿਖਣ ਨੂੰ ਕਿਹਾ ਸੀਗਾ ਤੂੰ ਕੁੱਤੇ ਤੇ ਲਿਖਣ ਲੱਗ ਗਿਆ ਜੀ ਥੈਂਕ ਯੂ ਅੱਛਾ ਅਗਲੀ ਗੱਲ ਥੈਂਕ ਯੂ ਬੜਾ ਥੈਂਕ ਯੂ ਜ਼ੋਰਦਾਰ ਤੜੀ ਦੇ ਬੱਚਿਆਂ ਲਈ ਥੈਂਕ ਯੂ ਕੌਣ ਆਊਗਾ ਬਸ ਮੈਂ ਨਹੀਂ ਆਉਂਦਾ ਜੀ ਆਊਗਾ ਅੱਜ ਜੀ ਆਜੋ ਕੀ ਬਾਤ ਹੈ ਵੀਰ ਜੀ ਕੀ ਨਾਮ ਜੀ ਅਰਮਾਨ ਅੱਛਾ ਵੱਡੇ ਕੀ ਬਣੋਗੇ ਮੈਂ ਵੱਡੇ ਹੋ ਕੇ ਕੀ ਬਣੋਗੇ ਕਹਿੰਦਾ ਡੈਡੀ ਪੱਕਾ ਡੈਡੀ ਬਣੇਗਾ ਹੋਰ ਕੀ ਬਣੇਗਾ ਡੈਡੀ ਤੋਂ ਬਿਨਾ ਡੈਡੀ ਆਈਪੀਐਸ ਡੈਡੀ ਨੇ ਬਾਈ ਇਹ ਆਈਪੀਐਸ ਡੈਡੀ ਲਈ ਤਾੜੀਆਂ ਲਓ ਇਹ ਸਾਡੇ ਆਈਪੀਐਸ ਡੈਡੀ ਜੀ ਹਾਂਜੀ ਕੀ ਕਰਕੇ ਦਿਖਾਓਗੇ ਭੰਗੜਾ ਕਿਹੜੇ ਗਾਣੇ ਤੇ ਅਸ਼ਕੇ ਬੋਲੀਆਂ ਤੇ ਆਈਪੀਐਸ ਡੈਡੀ ਜੀ ਦਾ ਭੰਗੜਾ ਜ਼ੋਰਦਾਰ ਤਾੜੀਆਂ ਹਾਂਜੀ
क्या बात है, क्या बात है, क्या बात है, क्या बात है। तो इस बच्चे ने पूरा मेला लुट लिया जी। इस बच्चे ने बेटा ये प्योर उर्स बोला कि प्यारा है गिफ्ट। हेलो बेटा, थैंक यू, जोरदार ताड़ी इस बच्चे ने। थैंक यू, थैंक यू, थैंक यू। तुम्हारी इतनी के उलझी टाणी वे, रखे बुकड़ में बंदे खानी वे, ये शौक कहो से पाले वे, शौक तेरी मुझे नहीं जचते, ये कम तुम्हारे कमेंट फिल्टरों वाले वे, तेरी एक दे जाते पैर, मेरी 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 एक दे, मेरी एक पर दरते पैर कुड़े, जो नपड़ मेरे जैसे बातों को, मेरे छाले लगते जहर कुड़े, हर हीले भुगतना पैता, भुगतना भुगतना, हर हीले भुगतना पैता है, पैता जो किस्मत के चक्कर पे है? तुम्हारा यार डिफॉल्टर इसलिए हुआ, इसलिए हुआ जो बंदे डिफॉल्टर टकर गए, तुम्हारा यार डिफॉल्टर। ओके ओके, थैंक यू वेरी, थैंक यू, थैंक यू, जोरदार ताड़ियां हमारे हिंदी बंद डिफॉल्टर के लिए। हाँ जी, सत श्री अकाल जी, की नाम है जी? अभिजोत। की करके दिखाओगे? बराला सारे आ जाओ जी। थैंक यू बेटा, थैंक यू, थैंक यू बेटा, जोरदार ताड़ियां ना बच्चे लई, बहुत सोना डांस किया, थैंक यू बेटा, थैंक यू, थैंक यू। चलो जी बच्चे ना गलबात बहुत हो गई, हम आप टीचर्स ना गलबात कराएंगे। हाँ जी, करिए गलबात जी, इधरों आवाज घट है जी, करिए जी। हाँ जी, दब के बोलो। हाँ जी, उच्ची बोलो। जय माता दी। आज सर जी अगे आ जाइए, अगे अगे आ जाइए। सत श्री अकाल जी। सत श्री अकाल सर। सर ना कोई छोटा हुक्म पढ़न स्कूले जावे, राह विच कुड़ी मिल गई, राह विच कुड़ी मिल गई, मुंडा देख के नीवियां पावे, जदों कुड़ी दूर लंघ गई, जदों कुड़ी दूर लंघ गई, मुंडा दब के चंगियाणा मारे नी फेल करांदी, तू ये लड़े मुटियारे नी फेल करांदी, तू ये लड़े मुटियारे नी फेल। क्या बात है, क्या बात है। इस तो बाद सर जी, सर जी आ जाओ जी। सर नमस्कार जी। नमस्कार जी। सर सर की हाल जी? बिल्कुल बिंदास जी, ठीक। क्या बात है, क्या बात है। सो सारे टीचर्स कुछ कुछ करके दिखा रहे हैं, अपन कोई बोलियां पा रहे ने, कोई गाना सुना रहे, तुझे क्या करके दिखाओगे? जिम्मे मैं डांस टीचर हूँ, थोड़ा कुछ डांस का चल पा हो जाए, थोड़ा जा। हाँ जी, डांस क्लबिंग।
थैंक यू सो मच। तो जो सारे इन्ना सोना भंगड़ा इन्ना सोना डांस करते हो सब बच्चे बच्चे भी बहुत सोना कर रहे सर। थैंक यू सर, थैंक यू सर, थैंक यू सर, थैंक यू, नाइस टू मीट यू सर, थैंक यू सर, थैंक यू, थैंक यू। ਛੁੱਟੀ ਸਾਰੀ ਸੋ ਐਤਵਾਰ ਨੂੰ ਰਿਪੀਟ 11 ਵਜੇ ਜ਼ਰੂਰ ਦੇਖ ਸਕਦੇ ਹੋ ਕਿਉਂਕਿ ਨਜ਼ਾਰਾ ਬੜਾ ਹੁੰਦਾ ਜੀ। ਸਤਿ ਸ਼੍ਰੀ ਅਕਾਲ। ਓ ਜੀ ਤੇ ਭੱਜ ਲਾ ਓਏ। ਓ ਕੀ ਹੋਇਆ?